ਹੈਲੋ ਹਾਈ एवरीवन ਵੈਲਕਮ ਟੂ ਆਰ ਨਿਊ ਵਲੌਗ ਸੋ ਅੱਜ ਸੀਗਾ ਮੇਰਾ ਪੇਪਰ 8:00 ਟਾਈਮ ਸੀ 5:30 ਦਾ ਮਾਰਨਿੰਗ ਇੱਥੋਂ ਪਟਿਆਲੇ ਜਾਣਾ ਸੀਗਾ ਪਟਿਆਲੇ ਤੋਂ ਅੱਗੇ ਰਾਜਪੁਰਾ ਰਾਜਪੁਰੇ ਤੋਂ ਅੱਗੇ ਕੋਈ ਪਿੰਡ ਸੀਗਾ ਨੇਪਰਾ ਇਹਨਾਂ ਮਤਲਬ ਜਿਹੜਾ ਇਲਾਕਾ ਜਾਣਦੇ ਵੀ ਨਹੀਂ ਉੱਥੇ ਪੇਪਰ ਦਾ ਸੈਂਟਰ ਆਇਆ ਹੋਇਆ ਸੀਗਾ ਸੋ ਇਨੀ ਜ਼ਿਆਦਾ ਤੁਹਾਨੂੰ ਦਸੀ ਸੁਬਾ ਸੁਬਾ ਮੈਂ ਨਜ਼ਰੀਨਾ ਦੇ ਨਾਲ ਗਈ ਸੀਗੀ ਬਿਲਕੁਲ ਹੀ ਉਜਾੜ ਜਿਹਾ ਇਲਾਕਾ ਸੀਗਾ ਜਿੱਥੇ ਕਾਲਜ ਮਿਲਿਆ ਸੀਗਾ ਜਿਹੜਾ ਸੈਂਟਰ ਸੀ ਸੋ ਦੈਟ ਲਾਈਕ ਮਤਲਬ ਆਟੋ ਚ ਜਾਣਾ ਪਿਆ ਅੱਗੇ ਜਾ ਕੇ ਸੋ ਉਸ ਤੋਂ ਬਾਅਦ ਆ ਕੇ 3 ਵਜੇ ਮੈਂ ਅੱਜ ਫਾਸਟ ਰੱਖਿਆ ਹੋਇਆ ਸੀਗਾ ਸ਼ਿਵਰਾਤਰੀ ਦਾ ਸੋ ਘਰ ਆ ਕੇ ਇਹ ਦੁੱਧ ਲਿਆ ਸੀ ਦੁੱਧ ਦੇ ਵਿੱਚ ਸ਼ਹਿਦ ਵਗੈਰਾ ਗੰਗਾ ਜਲ ਵਗੈਰਾ ਪਾਇਆ ਸੀਗਾ ਮੰਦਿਰ ਜਾਣਾ ਸੀ ਐਂਡ ਉਸ ਤੋਂ ਬਾਅਦ ਮੈਂ ਨਾ ਤੋਂ ਕੇ ਥੋੜਾ ਬਹੁਤ ਆਪਣੇ ਆਪ ਨੂੰ ਫਰੈਸ਼ਨ ਅਪ ਕੀਤਾ ਐਂਡ ਦੈਟ ਇਜ਼ ਓ ਓ ਟੀ ਡੀ ਮੈਨੇ ਇਹਦੇ ਨਾਲ ਦੁਪੱਟਾ ਇਹਦੇ ਨਾਲ ਦਾ ਨਹੀਂ ਲਿਆ ਮੈਨੇ ਰੈੱਡ ਲਿਆ ਹੋਇਆ ਸੀ ਕਜ਼ ਆਈ نو ਕਹਿੰਦੇ ਹੁੰਦੇ ਆ ਕਿ ਰੈੱਡ ਕਲਰ ਸ਼ੋਭਾ ਹੁੰਦਾ ਸੋ ਪੂਜਾ ਮੰਮਾ ਨੇ ਪਰਫਾਰਮ ਕੀਤੀ ਸੀ ਉਹਨਾਂ ਨੇ ਸਾਰਾ ਕੁਝ ਕੀਤਾ ਸੀ ਕਿ ਆਮਨ ਮਾਈ ਪੀਰੀਅਡਸ ਸੋ ਮੈਨੇ ਫਾਸਟਾ ਰੱਖਿਆ ਸੀਗਾ ਬਟ 2 ਵਜ ਨਾਲ ਕੁਝ ਵੀ ਪਰਫਾਰਮ ਨਹੀਂ ਸੀ ਕਰ ਪਾਰੀ ਮੇਰੇ ਆਪਣੀ ਹੀ ਇਹ opinion ਆ ਕਿ ਮੈਂ ਪੂਜਾ ਚ ਨਹੀਂ ਜਲਦੀ ਹੱਥ ਨਹੀਂ ਲਗਾਉਂਦੀ ਇਸ ਚੀਜ਼ ਲਈ ਹਾਲਾਂਕਿ ਮੇਰਾ ਫਾਸਟ ਵੀ ਫਰਸਟ ਟਾਈਮ ਸੀ ਸੋ ਉੱਥੋਂ ਇਹ ਪੰਡਿਤ ਜੀ ਨੇ ਦਿੱਤਾ ਸੀ ਇਹ ਪ੍ਰਸ਼ਾਦ ਅੰਡ ਇਹ ਉਹਨਾਂ ਨੇ ਸਪੈਸ਼ਲ ਟਾਈਪ ਆਫ ਕੋਈ ਆਟੇ ਦੇ ਕੋੜੇ ਬਣਾਏ ਸੀ ਜੋ ਵਰਤ ਦੇ ਵਿੱਚ ਖਾ ਸਕਦੇ ਆਂਡ ਉਸ ਤੋਂ ਬਾਅਦ that is the ਪੰਗ ਦਾ ਪ੍ਰਸ਼ਾਦ ਉਹਨਾਂ ਨੇ ਦਿੱਤਾ ਸੀ ਜੋ ਮੈਂ ਘਰ ਆ ਕੇ ਪਹਿਲਾਂ ਤਾਂ ਨਾਰਮਲ ਪ੍ਰਸ਼ਾਦ ਖਾਇਆ ਪੰਗ ਦਾ ਪਰਸ਼ਾਦ ਉਹ ਪੁੱਛ ਕੇ ਦਿੰਦੇ ਹੁੰਦੇ ਆ ਸੋ ਮੇਰਾ ਮਨ ਸੀਗਾ ਮੈਂ ਕਦੇ ਟਰਾਈ ਨਹੀਂ ਕੀਤਾ ਇਸ ਵਾਰ ਸੀ ਮੈਨੂੰ ਕਿ ਮੈਂ ਇਸ ਦਾ ਟਰਾਈ ਕਰਕੇ ਦੇਖਣਾ ਸੋ ਉਸ ਤੋਂ ਬਾਅਦ ਮੈਨੇ ਚਾਹ ਨਾਲੋਂ ਪਕੌੜੇ ਵਗੈਰਾ ਖਾਏ ਜੋਗੀ ਸਪੈਸ਼ਲੀ ਆਈ ਡੋਨਟ ਨੋ ਉਹਨਾਂ ਨੇ ਆਟੇ ਦਾ ਨਾਮ ਨਹੀਂ ਸੀ ਦੱਸਿਆ ਇਹ ਕਾਦੇ ਬਣਾਏ ਹੋਏ ਆ ਐਂਡ ਉਸ ਤੋਂ ਬਾਅਦ ਮੈਨੇ ਟਰਾਈ ਕਰਨਾ ਸੀਗਾ ਉਹ ਜਿਹੜੀ ਸ਼ਰਦਾਈ ਟਾਈ ਬਣਾਈ ਸੀ ਵਿਚ ਡਰਾਈ ਫਰੂਟਸ ਸੀ ਥੋੜਾ ਜਿਹਾ ਅਲੱਗ ਸੀ ਮੇਰੇ ਤਾਂ ਕਾਫੀ ਜ਼ਰਾ ਪਾਇਆ ਸੀ ਬਟ ਮਮਾ ਕਹ ਰਹੀ ਸੀ ਕਿ ਥੋੜਾ ਟਰਾਈ ਕਰਕੇ ਦੇਖ ਫਰਸਟ ਟਾਈਮ ਐ ਸੋ ਇਹਦੇ ਵਿੱਚੋਂ ਮੈਨੇ ਥੋੜਾ ਜਿਹਾ ਕੱਢਤਾ ਲਾਈਕ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਕੁਝ ਨੋਰਮਲ ਤੋਂ ਲੱਗਾ हटके ਹੋਗਾ ਸੀ ਵੀ ਮਤਲਬ ਡਿਫਰੈਂਟ ਸੀਗਾ ਟੋਟਲੀ ਉਹਦਾ ਟੇਸਟ ਮੈਨੇ ਕਦੇ ਪਹਿਲਾਂ ਇਦਾਂ ਦਾ ਟਰਾਈ ਨਹੀਂ ਕੀਤਾ ਹੈਗਾ ਸੋ ਮੈਨੇ ਆਲਮੋਸਟ ਗਿਣ ਕੇ 3 ਸਿਪਸ ਲਈਆਂ ਹੋਣਗੀਆਂ ਇਹਦੀਆਂ ਤੇ ਮੈਨੂੰ ਟੇਸ ਥੋੜਾ ਪਹਿਲਾਂ ਦਾ ਅਜੀਬ ਲੱਗਿਆ ਸੀਗਾ ਜ਼ਿਆਦਾ ਠੰਡਾ ਠੰਡਾ ਲੱਗ ਰਿਹਾ ਸੀ ਕੁਝ ਪਰ ਉਹ ਖਾ ਕੇ ਨਾ ਮੈਂ 3 ਘੰਟੇ ਸੋਈਉਂਗੀ ਈਕੀ ਸੌਰੀ ਐਂਡ ਉਸ ਤੋਂ ਬਾਅਦ ਸ਼ਾਮੀ ਤੇ ਲੈ ਐਂਡ ਬੇੜ ਦਾ ਜੋ ਵੀ ਪ੍ਰਸ਼ਾਦ ਚੜਾਉਣਾ ਸੀਗਾ ਐਂਡ ਉਸ ਤੋਂ ਬਾਅਦ ਪੂਜਾ ਪਰਫਾਰਮ ਹੋਈ ਸੀ ਮੰਦਿਰ ਦੇ ਵਿੱਚ ਮੈਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਨਾ ਮੇਰੇ ਲਈ ਫਸਟ ਟਾਈਮ ਸੀਗਾ ਸੋ ਮੈਂ ਸਾਰਾ ਕੁਝ ਦੇਖ ਰਹੀ ਸੀ ਪ੍ਰੋਪਰਲੀ ਸੋ ਪੂਜਾ ਲਈ ਗਏ ਸੀ ਆ ਮੈਨੇ ਜ਼ਿਆਦਾ ਸ਼ੂਟ ਨਹੀਂ ਕੀਤਾ ਕਿਉਂਕਿ ਮੈਨੂੰ ਇਦਾਂ ਸੀਗਾ ਕਿ ਮਨ ਲਗਾ ਕੇ ਪ੍ਰੇ ਹੋ ਜਵੇ ਹਨ ਜੇ ਰੱਖਿਆ ਆ ਸੋ ਉਸ ਤੋਂ ਬਾਅਦ ਕਰਾ ਕੇ ਆ ਬੰਨੀ ਸੀ ਉਹਨਾਂ ਨੇ ਇਹਨੂੰ ਪਤਾ ਨਹੀਂ ਖੰਮਣੀ ਨੂੰ ਕੁਝ ਹੋਰ ਬੋਲਦੇ ਆ ਸਾਡੇ ਸਿੱਖੀਜ਼ਮ ਦੇ ਵਿੱਚ ਆਪਣੇ ਖੰਮਣੀ ਬੋਲਦੇ ਆ ਬਟ ਉਹ ਕੁਝ ਹੋਰ ਬੋਲਦੇ ਆ ਐਂਡ ਇਸ ਤੋਂ ਬਾਅਦ ਰਾਤੀਂ ਦੁੱਧ ਪੀਆ ਪ੍ਰਸ਼ਾਦ ਦੇ ਵਿਚਾਨ ਵਗੈਰਾ ਨਹੀਂ ਲੈਂਦੇ ਹੁੰਦੇ ਸੌਰੀ ਫਾਸਟ ਦੇ ਵਿੱਚ ਸੋ ਸਵੇਰ ਹੋ ਗਈ ਸੀ ਅੱਜ ਦੇ ਡੇ ਦੀ ਉੱਠ ਕੇ ਜੋਤ ਜਗਾ ਕੇ ਫਾਸਟ ਵਗੈਰਾ ਖੋਲਿਆ ਸੋ ਇਹ ਮੰਮਾ ਨੇ ਬਣਾ ਕੇ ਦਿੱਤੀ ਸੀ ਆਲੂ ਦੀ ਸਬਜੀ ਸੌਰੀ ਦਾਲ ਜਿਹੜੀ ਕਿ ਮੇਰੀ ਫੇਵਰੇਟ ਹੈ ਫਾਸਟ ਤੋਂ ਬਾਅਦ ਐਂਡ ਉਸ ਤੋਂ ਬਾਅਦ ਹਰੀ ਪਿਆਜ਼ ਦੀ ਚਟਨੀ ਸੀ ਉਹਦੇ ਨਾਲ ਉਹ ਵੀ ਮੇਰੀ ਫੇਵਰੇਟ ਹੈ ਮੈਨੇ ਖਾਣਾ ਖਾਇਆ ਤੇ ਉਸ ਤੋਂ ਬਾਅਦ ਮੈਂ ਪੜਨ ਬੈਠ ਗਈ ਸੀ ਸੋ ਮਿਲਦੇ ਆ ਕਿਸੇ ਨਿਊ ਵਲੌਗ ਦੇ ਨਾਲ ਹੋਪ ਕਿ ਤੁਹਾਡੀ ਸਾਰਿਆਂ ਦੀ ਸ਼ਿਵਰਾਤਰੀ ਵੀ ਅੱਛੀ ਗਈ ਹੋਣੀ ਹੈ ਸੋ ਮੇਰੇ ਲਈ ਪਹਿਲਾ ਟਾਈਮ ਸੀ ਫਾਸਟ ਦਾ ਬਹੁਤ ਅੱਛਾ ਗਿਆ ਸੋ ਮਿਲਦੇ ਆ ਕਿਸੇ ਨਿਊ ਵਲੌਗ ਚ ਬਾਏ ਬਾਏ